ਲਾਹੌਰ ਦੇ ਪਿੰਡ ਮਸਾਣੀ ਵਿੱਚ 4 ਤੋਂ ਵੱਧ ਪਿੰਡਾਂ ਦੇ ਆਦਮੀ ਔਰਤ ਨੌਜਵਾਨ ਕਾਂਗਰਸ ਅਤੇ ਅਕਾਲੀ ਦਲ ਭਾਜਪਾ ਨੂੰ ਛੱਡ ਕੇ ਆਪ ਪਾਰਟੀ ਵਿੱਚ ਸ਼ਾਮਲ ਹੋਏ। ਇਲਾਕਾ ਫਲੋਰ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੌਰ ਵੱਲੋਂ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਵਿੱਚ ਪਰਮਵੀਰ ਸਿੰਘ, ਹਰਮਨ ਸਿੰਘ, ਰੋਹਿਤ, ਬਲਵੀਰ ਸਿੰਘ, ਦੀਪਾ, ਸੁਰਜੀਤ ਕੌਰ ਪੰਚ, ਕੁਲਵਿੰਦਰ ਕੌਰ, ਕੰਬੋ, ਕਮਲੇਸ਼, ਦਰਸ਼ਨ ਕੁਮਾਰ, ਲਵਲੀ ਅਤੇ ਹੋਰ ਆਦਿ ਸਨ। ਪ੍ਰੇਮ ਕੁਮਾਰ ਨੇ ਕਿਹਾ ਕਿ ਸਭਨਾਂ ਨੂੰ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਉਹਨਾਂ ਨੇ ਇਹ ਵੀ ਕਿਹਾ ਕਿ ਉਮੀਦਵਾਰ ਸ਼੍ਰੀ ਸੁਸ਼ੀਲ ਰਿੰਕੂ ਭਾਰੀ ਬਹੁਮਤਾਂ ਨਾਲ ਜਿੱਤ ਪ੍ਰਾਪਤ ਕਰਨਗੇ ਅਤੇ ਸਭਨਾਂ ਦਾ ਧੰਨਵਾਦ ਕੀਤਾ। ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ। ਮਨਜੀਤ ਕੌਰ ਮੀਤਾ, ਬੀਬੀ ਕਮਲ, ਕਮਲੇਸ਼ ਜੀ ਆ ਜਾਓ ਸਾਰੇ ਜੀ। ਮਿੰਦਰਪਾਲ ਮਿੰਦਰਪਾਲ ਜੀ ਆ ਜਾਓ। ਇਹਨੇ ਗੁਰਨਾਮ ਸਿੰਘ ਜੀ, ਨਿਰਮਲ ਸਿੰਘ ਢੀਸਾ ਰੇਪਾ, ਚਲੋ ਜੀ ਦਰਸ਼ਨ ਜੀ, ਚਲੋ ਜੀ ਮਹਿੰਦਰ ਜੀ ਹੋ ਜਾਓ ਜੀ ਸਾਰੇ। ਸੋਹਣ ਲਾਲ ਜੀ ਚਲੋ ਜੀ ਚਲੋ ਅੱਜ ਗੱਲ ਚੁਕਾਓ ਸਰ। ਹਾਂ ਤਰਲੋਚਨ ਜੀ ਆ ਜਾ ਬਾਈ, ਆ ਜਾ ਤਰਲੋਚਨ ਆ ਜਾ, ਚੱਲ ਜਾ ਫੁੱਟ ਕਰ ਝਾੜੂ ਜਿਹੜਾ ਆਪਣੇ ਸਾਥ ਰਹਿੰਦਾ, ਖਾਸ ਤੌਰ ਤੇ ਇਹ ਬੀਬੀਆਂ ਨੂੰ ਤਾਂ ਪਤਾ ਆ, ਠੀਕ ਹੈ ਕਿ ਸੋ ਵੱਧ ਤੋਂ ਵੱਧ ਜਿਹੜੀ ਆ ਵੋਟਰ ਕਰਾਓ। ਇੱਕ ਜਿਹੜੀ ਗਰੰਟੀ ਆ ਜਿਹੜੀ ਨਿਰਮਲ ਸਿੰਘ ਜੀ ਠੀਕ ਕਰ ਆਪਾਂ ਇਹ ਵੀ ਤਿਆਰ ਰਹਿਣਾ। ਵਿਧਾਨ ਸਭਾ ਫਲੋਰ ਦਾ ਅਹਿਮ ਪਿੰਡ ਜਿਹੜਾ ਮਸਾਣੀ ਆ, ਸਾਡਾ ਸਿਰ ਲਾਸਟ ਪੁਆਇੰਟ ਜਿਹੜਾ ਹੈਗਾ, ਉਸ ਤੋਂ ਬਾਅਦ ਬੰਗਾ ਹਲਕਾ ਸ਼ੁਰੂ ਹੋ ਜਾਂਦਾ ਆ। ਉਸ ਪਿੰਡ ਦੇ ਵਿੱਚ ਅੱਜ ਇੱਕ ਚੁਣਾਵੀ ਮੀਟਿੰਗ ਸੀ, ਚੁਣਾਵੀ ਮੀਟਿੰਗ ਦੇ ਵਿੱਚ ਅੱਜ ਬਹੁਤ ਹੀ ਸੈਂਕੜੇ ਪਰਿਵਾਰ ਜਿਹੜੇ ਸਨ ਅਕਾਲੀ ਦਲ ਅਤੇ ਕਾਂਗਰਸ ਦੇ ਵਿੱਚੋਂ ਇੱਧਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ। ਇਹ ਸਾਡੇ ਸਾਰੇ ਸਤਿਕਾਰ ਸਾਥੀ ਜਿਹੜੇ ਹਨ, ਇਹਨਾਂ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅੱਜ ਆਮ ਆਦਮੀ ਪਾਰਟੀ ਦਾ ਜਿਹੜਾ ਹੈਗਾ ਉਹ ਪੱਲਾ ਫੜਿਆ। ਮੈਂ ਇਹਨਾਂ ਸਾਰੇ ਹੀ ਸਾਥੀਆਂ ਦਾ, ਭੈਣਾਂ ਅਤੇ ਭਰਾਵਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਵੀ ਦਿੰਦਾ, ਧੰਨਵਾਦ ਵੀ ਕਰਦਾ ਹਾਂ, ਔਰ ਇਹਨਾਂ ਨੂੰ ਵਿਸ਼ਵਾਸ ਵੀ ਦਿਵਾਉਣਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਤੁਹਾਡਾ ਸਤਿਕਾਰ ਜਿਹੜਾ ਹੈਗਾ ਉਹ ਹੀ ਹੋਏਗਾ, ਵੱਧ ਹੋਏਗਾ ਪਹਿਲੀਆਂ ਪਾਰਟੀਆਂ ਦੇ ਨਾਲੋਂ। ਤੁਹਾਡਾ ਮਾਣ ਸਤਿਕਾਰ ਦੇ ਨਾਲ ਨਾਲ ਤੁਹਾਨੂੰ ਪਾਰਟੀ ਦੇ ਵਿੱਚ ਬਹੁਤ ਹੀ ਵਧੀਆ ਜਿਹੜਾ ਹੈਗਾ ਰੁਤਬਾ ਸਨਮਾਨ ਦਿੱਤਾ ਜਾਏਗਾ। ਸੋ ਮੈਂ ਅੱਜ ਮਾਣਯੋਗ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਔਰ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ, ਜੋ ਸੂਬੇ ਦੇ ਵਿੱਚ ਬਹੁਤ ਹੀ ਵੱਡੇ ਕ੍ਰਾਂਤੀਕਾਰੀ ਕੰਮ ਕਰ ਰਹੇ ਹਨ, ਉਹਨਾਂ ਨੂੰ ਵੀ ਮੁਬਾਰਕਬਾਦ ਦਿੰਦਾ ਹਾਂ ਕਿ ਜਿਨ੍ਹਾਂ ਦੀਆਂ ਨੀਤੀਆਂ ਕਰਕੇ, ਜਿਨ੍ਹਾਂ ਦੇ ਕੰਮਾਂ ਕਰਕੇ ਅੱਜ ਬਹੁਤ ਹੀ ਵੱਡੇ ਪੱਧਰ ਤੇ ਸੈਂਕੜੇ ਪਰਿਵਾਰ ਜਿਹੜੇ ਹਨ ਅਕਾਲੀ ਦਲ ਤੋਂ ਕਾਂਗਰਸ ਪਾਰਟੀ ਦੇ ਵਿੱਚ ਆਏ ਹਨ। ਮੈਂ ਇਹਨਾਂ ਨੂੰ ਦੁਬਾਰਾ ਫਿਰ ਮੁਬਾਰਕਬਾਦ ਦਿੰਦਾ ਔਰ ਵਿਸ਼ਵਾਸ ਦਿਵਾਉਣਾ ਕਿ ਅਸੀਂ ਇਹਨਾਂ ਦੇ ਨਾਲ ਦਿਨ ਰਾਤ ਇਹਨਾਂ ਦੇ ਤਜਰਬਿਆਂ ਨੂੰ ਵੀ ਹਾਸਲ ਕਰਾਂਗੇ ਔਰ ਆਪਣੇ ਵੀ ਸਾਂਝ ਬਣਾ ਕੇ ਜਿਹੜਾ ਹੈਗਾ ਅੱਗੇ ਚੱਲਾਂਗੇ। ਔਰ ਇਹ ਸਾਥੀ ਜਿਹੜੇ ਹਨ, ਜਿਹੜੀ ਲੋਕ ਸਭਾ ਦੇ ਉਮੀਦਵਾਰ ਆ ਸਾਡੇ ਸ਼ਸ਼ੀ ਰੈਂਕੂ, ਉਹਨਾਂ ਨੂੰ ਜਿਤਾਉਣ ਦੇ ਵਿੱਚ ਜਿਹੜਾ ਹੈਗਾ ਅਹਿਮ ਯੋਗਦਾਨ ਪਾਉਣਗੇ। ਜੈ ਹਿੰਦ।